ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਨ ਗੁਰੂ ਹੋਏ ਵੱਲ ਤਨਹਿ ਕਿਆ ਕਾਰਵ ਦੇਜੈ ਜਾਨ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ ਜਾਨ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨਪੁਰ ਜਾਨ ਗੁਰੂ ਹੋਏ ਵੱਲ ਸਬਦ ਸਾਖੀ ਸੋ ਸਚੈ ਘਰ ਜੋ ਗੁਰੂ ਗੁਰੂ ਅਹਿੰਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮਹਿ ਧਰੈ ਸੋ ਜਨਮ ਮਰਨ ਦੋਥੇ ਰਹੈ ਹਮ ਅਵਗੁਣ ਪਰ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁਧ ਦਾਰਾ ਸਿਉ ਪ੍ਰੀਤ ਲਗਾਈ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਦ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੇ ਗੁਰ ਰਾਮਦਾਸ ਰੱਖੋ ਗੁਰ ਸੇਵੀਐ ਅਹਿੰਸ ਸਹਿਜ ਸੁਪਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸੰਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤ ਸਾਹ ਮਨ ਜਨਮ ਜਨਮ ਦੇ ਕੱਟਿਐ ਸਜਨ ਸੱਚਾ ਪਾਤ ਸਾਹ ਸਿਰ ਸਾਹਦੈ ਸਾਹ ਜਿਸ ਪਾਸ ਬਹਿਠਿਆ ਸਭਨਾ ਦਾ ਵੇ ਸਾਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਗਰਭ ਗਹਿਲੜੋ ਮੋੜੜੋ ਹਿਓ ਰੇ ਹਿਓ ਮਹਾਰਾਜ ਦੀ ਮਾਇਓ ਡੇਰ ਨੇ ਆਈ ਮੋਹੇ ਫਾਕਿਓ ਰੇ ਗਰਭ ਗਹਿਲੜੋ ਮੂੜੜੋ ਹਿਓ ਰੇ ਹਿਓ ਮਹਾਰਾਜ ਦੀ ਮਾਇਓ ਦੇਹਰ ਨੇ ਆਈ ਮੋਹੇ ਫਾਕਿਓ ਰੇ
ਦਸੂ ਪਾਸਿਆਂ ਕੀ ਆਤਮ ਸਰੂਪ ਜਾਗਦੀ ਜੋਤ ਜਹਾਰਾ ਜੋਤ ਖੰਡਾਂ ਔਰ ਬ੍ਰਹਿਮੰਡਾਂ ਦੇ ਬਾਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਦੇ ਲਾਹੇ ਪ੍ਰਾਪਤ ਕਰ ਰਹੇ ਗੁਰੂ ਕੀ ਵਡਿਆਈ ਗੁਰੂ ਰੂਪ ਸਤਸੰਗ ਜੀਓ ਸੱਚੇ ਪਾਤਸ਼ਾਹ ਦੇ ਮਹਾਨ ਬਖਸ਼ ਕਰਕੇ ਜੋ ਅੱਜ ਹੁਕਮਨਾਮੇ ਦੀ ਦਾਤ ਸਮੁੱਚੀ ਮਾਨਵਤਾ ਦੀ ਭਲਾਈ ਦੇ ਵਾਸਤੇ ਮਹਾਰਾਜ ਜੀ ਨੇ ਬਖਸ਼ ਕੀਤੀ ਹੈ ਉਸ ਦੀ ਤੁਛ ਬੁੱਧੀ ਦੇ ਮੁਤਾਬਕ ਵਿਚਾਰ ਕਰਨ ਦੀ ਸਮਰੱਥਾ ਗੁਰੂ ਪਾਤਸ਼ਾਹ ਦਇਆ ਮਇਆ ਕਰਨ ਆਪ ਸੰਗਤ ਅਸੀਸ ਬਖਸ਼ਦੀ ਹੋਈ ਪਾਤਸ਼ਾਹ ਦੀ ਪਵਿੱਤਰ ਬਾਣੀ ਅਤੇ ਉਸ ਦੀ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਅਸੀਸ ਬਖਸ਼ੋ ਜੀ ਪਿਆਰ ਸਹਿਤ ਸਾਰੇ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਂ ਹੈ ਉਸ ਦਾ ਵਿਸ਼ੇਸ਼ ਲਾਹਾ ਗੁਰੂ ਪਾਤਸ਼ਾਹ ਦੀ ਪਵਿੱਤਰ ਗੋਦ ਦੇ ਵਿੱਚ ਬੈਠ ਕਰਕੇ ਸਤ ਸੰਗਤ ਕਰਨ ਦਾ ਸੁਭਾਗ ਜਿੱਥੇ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਕਿਉਂਕਿ ਗੁਰਦੇਵ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਅੰਦਰ ਪ੍ਰਮਾਣ ਕਰਦੇ ਨੇ ਕਿ ਸਤ ਸੰਗਤ ਦਾ ਸੁਭਾਗ ਜਿਹੜਾ ਹੈ ਉਹ ਬਿਨਾਂ ਮੱਥੇ ਦੇ ਕਰਮਾਂ ਤੋਂ ਬਿਨਾਂ ਪਾਤਸ਼ਾਹ ਦੀ ਪਵਿੱਤਰ ਗੋਦ ਦੇ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਨਹੀਂ ਹੁੰਦਾ ਪਾਤਸ਼ਾਹ ਪਵਿੱਤਰ ਬਾਣੀ ਦੇ ਅੰਦਰ ਬਚਨ ਕਰਦੇ ਨੇ ਬਿਨ ਭਾਗਾਂ ਸਤ ਸੰਗ ਨਾ ਲੱਭੇ ਮਿਲ ਸੰਗਤ ਮੈਲ ਭਰੀਜੇ ਪਵਿੱਤਰ ਬਾਣੀ ਦੇ ਅੰਦਰ ਸੱਚੇ ਪਾਤਸ਼ਾਹ ਦੇ ਇਹ ਵੀ ਬਚਨ ਆਉਂਦੇ ਨੇ ਕਿ ਜਾ ਕੇ ਮਸਤਕ ਕਰਨ ਪ੍ਰ ਪਾਏ ਜਿਹਦੇ ਮੱਥੇ ਦੇ ਭਾਗ ਮਹਾਰਾਜ ਜੀ ਨੇ ਬੜੇ ਸੁੰਦਰ ਲਿਖੇ ਜਾ ਕੇ ਮਸਤਕ ਕਰਨ ਪ੍ਰ ਪਾਏ ਕਰਨ ਮੱਥੇ ਦੇ ਅੱਛੇ ਲਿਖੇ ਪਰਮੇਸ਼ਵਰ ਜੀ ਨੇ ਸਾਧ ਸਰਨ ਨਾਨਕ ਤੇ ਆਏ ਉਹ ਪਰਮੇਸ਼ਵਰ ਸੱਚੇ ਪਾਤਸ਼ਾਹ ਦੇ ਪਵਿੱਤਰ ਸਤਸੰਗਤ ਦੇ ਵਿੱਚ ਬੈਠਣ ਦਾ ਸੁਭਾਗ ਆਉਣ ਦਾ ਸੁਭਾਗ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਦੇ ਭਾਗ ਅਤਿ ਉੱਚੇ ਨੇ ਅਤਿ ਸੁੰਦਰ ਨੇ ਅਤਿ ਸੋਹਣੇ ਨੇ ਸਤਿਗੁਰ ਪਵਿੱਤਰ ਬਾਣੀ ਦੇ ਅੰਦਰ ਬੜੇ ਐਸੇ ਬਚਨ ਕਰਦੇ ਨੇ ਸਤਸੰਗਤ ਦੇ ਬਾਰੇ ਭਾਈ ਨੰਦ ਲਾਲ ਜੀ ਬੜੇ ਸੁੰਦਰ ਬਚਨ ਕਰਦੇ ਨੇ ਉਹ ਕਹਿੰਦੇ ਨੇ ਆ ਹਜੂਮੇ ਖੁਸ਼ ਕਿ ਬਹਿਰੇ ਬੰਦਗੀ ਹਜੂਮ ਕਹਿੰਦੇ ਨੇ ਇਕੱਠ ਨੂੰ ਬਹੁਤ ਸਾਰੇ ਲੋਕਾਂ ਦਾ ਇਕੱਠ ਹੋ ਜਾਣਾ ਉਸ ਨੂੰ ਸੰਗਤ ਨਹੀਂ ਕਿਹਾ ਜਾਂਦਾ ਕਹਿੰਦੇ ਬਹੁਤ ਸਾਰੇ ਲੋਕਾਂ ਦਾ ਉਹ ਇਕੱਠ ਭਲਾ ਹੈ ਉਹ ਸੰਗਤ ਚੰਗੀ ਹੈ ਉਹ ਇਕੱਠ ਚੰਗਾ ਹੈ ਕਿਹੜਾ ਜਿਹੜਾ ਸੱਚੇ ਪਾਤਸ਼ਾਹ ਦੀ ਬੰਦਗੀ 'ਤੇ ਵੱਧ ਜਾਂਦਾ ਜਿੱਥੇ ਪਰਮੇਸ਼ਵਰ ਦੀ ਬੰਦਗੀ ਹੋਵੇ
ਅੱਗੇ ਕਹਿੰਦੇ ਨੇ ਆਹ ਝੁੰਮੇ ਖੁਸ਼ ਕਿ ਮਹਿਰੇ ਜ਼ਿੰਦਗੀ। ਕਹਿੰਦੇ ਉਹ ਇਕੱਠ ਸੋਹਣਾ ਹੈ ਜਿਸ ਇਕੱਠ ਦੇ ਵਿੱਚੋਂ ਕੋਈ ਜ਼ਿੰਦਗੀ ਮਿਲੇ, ਕੋਈ ਨਵੀਂ ਜ਼ਿੰਦਗੀ ਮਿਲੇ। ਆਹ ਝੁੰਮੇ ਖੁਸ਼ ਕਿ ਯਾਦ ਉਤਸਵ ਉਹ ਇਕੱਠ ਸੋਹਣਾ ਹੈ ਜਿਹੜਾ ਉਸਦੀ ਯਾਦ ਵੱਲ ਲੈ ਜਾਵੇ, ਉਸ ਰੱਬ ਜੀ ਦੀ ਯਾਦ ਕਰਾਵੇ, ਜਿਸ ਦੀ ਕਹਿੰਦੇ ਨੀਂਹ ਜਿਹੜੀ ਹੈ ਉਹ ਸੱਚ 'ਤੇ ਹੋਏ ਉਹ ਇਕੱਠ ਚੱਲਦਾ। ਆਹ ਜੁੰਮੇ ਖੁਸ਼ ਜਿਹਦੀ ਜਿਹੜੀ ਨੀਂਹ ਹੈ ਉਹ ਸੱਚ 'ਤੇ ਖੜੀ ਹੋਵੇ। ਪਾਸਾ ਪਵਿੱਤਰ ਬਾਣੀ ਦੇ ਅੰਦਰ ਐਸੇ ਬੜੇ ਸੁੰਦਰ ਬਚਨ ਕਰਦੇ ਨੇ ਕਿ ਕੋਈ ਇਹੋ ਜਿਹਾ ਇਕੱਠ ਵੀ ਹੈ ਜਿਸ ਦੇ ਨਾਲ ਕੋਈ ਬੁਰੀ ਮਤ ਪੈਦਾ ਹੋ। ਕਬੀਰ ਸਾਹਿਬ ਐਸੀ ਪਵਿੱਤਰ ਬਾਣੀ ਦੇ ਅੰਦਰ ਉਸ ਨੂੰ ਕੁਸੰਗਤ ਵੀ ਕਹਿੰਦੇ ਨੇ। ਸੱਤ ਸੰਗਤ ਨੂੰ ਸੱਤ ਸੰਗਤ ਕਹਿੰਦੇ ਨੇ। ਸੱਤ ਸੰਗਤ ਦੇ ਬਾਰੇ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੱਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦਿਆ ਹੋ ਜਾਏ। ਕੁਸੰਗਤ ਦੇ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਅੰਦਰ ਕਹਿੰਦੇ ਨੇ, ਕਬੀਰ ਸਾਕਤ ਸੰਗ ਨਾ ਕੀਜੀਏ, ਦੂਰ ਹੋ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੋ ਕੁਛ ਲਾਗੈ ਦਾ। ਕਹਿੰਦੇ ਜਿਸ ਤਰ੍ਹਾਂ ਕਾਲੇ ਬਰਤਨ ਨੂੰ ਉਠਾਉਣ ਦੇ ਨਾਲ, ਚੁੱਕਣ ਦੇ ਨਾਲ, ਉਸ ਨੂੰ ਉਸ ਭਾਂਡੇ ਤੋਂ ਕੁਝ ਨਾ ਕੁਝ ਕਾਲਕ ਤੇਰੇ ਕੱਪੜਿਆਂ ਨੂੰ ਲੱਗ ਜਾਂਦੀ ਹੈ। ਕਹਿੰਦੇ ਐਸੀ ਸੰਗਤ ਮਤ ਕਰੇ, ਐਸੀ ਕੁਸੰਗਤ ਦੇ ਵਿੱਚ ਮਤ ਕਰੇ। ਤੋ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਗੋਦ ਦੇ ਵਿੱਚ ਬੈਠ ਕੇ ਉਸ ਪਰਮੇਸ਼ਵਰ ਸੱਚੇ ਪਾਤਸ਼ਾਹ ਦੀ ਅਲਾਹੀ ਬਾਣੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਸੱਚੇ ਪਾਤਸ਼ਾਹ ਦਰਗਾਹ ਤੋਂ ਭੇਜੀ ਹੋਈ ਪਵਿੱਤਰ ਬਾਣੀ ਅੰਮ੍ਰਿਤ ਵੇਲੇ ਤੋਂ ਆਪ ਸਮੁੱਚੀਆਂ ਸੰਗਤਾਂ ਪਿਆਰ ਸਹਿਤ ਸਰਵਣ ਕਰ ਰਹੇ ਹੋ, ਉੱਥੇ ਸਤਿਗੁਰੂ ਪਾਤਸ਼ਾਹ ਦੇ ਮਹਾਨ ਮੁੱਖ ਵਾਕ ਜੋ ਸਤਸੰਗ ਸਮੁੱਚੀ ਮਾਨਵਤਾ ਦੀ ਭਲਾਈ ਲਈ ਵਾਸਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਆਰੰਭ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਟੋਡੀ ਮੁਹੱਲਾ ਪੰਜਵਾ ਟੋਡੀ ਰਾਗ ਦਾ ਨਾਂ ਹੈ, ਮੁਹੱਲਾ ਪੰਜਵਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪੰਜਵੇਂ ਸਰੂਪ। ਕਿਉਂਕਿ ਜੋਤ ਓਹਾ ਜੁਗਤ ਸਾਹਿਬ ਹੈ ਕਾਇਆ ਫੇਰ ਪਲਟੀ, ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਾਲੀ ਹੈ। ਸਰੀਰ ਜਿਹੜਾ ਹੈ ਉਹ ਪੰਜਵੇਂ ਜਾਮੇ ਦੇ ਵਿੱਚ ਧਾਰਨ ਕੀਤਾ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸ਼ਹੀਦਾਂ ਦੇ ਸਿਰਤਾਜ ਨੇ। ਬਾਣੀ ਦੇ ਬਹੁਤ ਨੇ ਸੱਚੇ ਪਾਤਸ਼ਾਹ ਨੇ ਦਇਆ ਮਾਇਆ ਕਰਕੇ ਜਿਹਨਾਂ ਨੇ ਇਹ ਪਵਿੱਤਰ ਬਾਣੀ ਦੀ ਸੱਚੇ ਪਾਤਸ਼ਾਹ ਜਿਹਨਾਂ ਦੇ ਇਕੱਤਰ ਕਰਨ ਦਾ ਜੋ ਕੰਮ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਵੱਡਾ ਕਾਰਨ ਇਹ ਕੀਤਾ ਹੈ, ਤਾਂ ਉਹਨਾਂ ਦੀ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਹੈ ਮਹੱਲਾ ਪੰਜਵਾਂ। ਪੰਜਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਮੁੱਖ ਤੋਂ ਜੋ ਪਰਮੇਸ਼ਵਰ ਦੇ ਜਿਹੜੇ ਬੋਲ ਨਿਕਲੇ ਨੇ ਉਹਨਾਂ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਮਾਣ ਕਰਦੇ ਨੇ। ਗਰਬ ਹੈ ਲੜੋ ਮੂੜੋ ਰੇ
ਜੇ ਇਸ ਮੁੱਖ ਵਾਕ ਦੇ ਅੰਦਰ ਸਤਿਗੁਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਮਨੁੱਖ ਨੂੰ ਜਿਹੜਾ ਆਪਣੇ ਹੰਕਾਰ ਦੇ ਵਿੱਚ ਮੱਤਾ ਹੋਇਆ, ਆਪਣੇ ਹੰਕਾਰ ਦੇ ਵਿੱਚ ਹੀ ਭੱਜਿਆ ਫਿਰਦਾ ਹੈ, ਉਸ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ ਕਿ ਗਰਭ ਗਹਿ ਲੜੋ, ਗਰਭ ਗਹਿ ਲੜੋ, ਮੋੜ ਲੋ ਹੀ ਰੇ। ਗਰਭ ਹੰਕਾਰ ਨੂੰ ਕਹਿੰਦੇ ਨੇ, ਮੋੜ ਲੋ ਮੋਰ ਹੀ ਉਹ ਹਿਰਦਾ ਗਹਿਲ ਨੂੰ, ਇਹਦੇ ਹਿਰਦੇ ਦੇ ਵਿੱਚ ਇਸ ਨੇ ਆਪਣੇ ਹੰਕਾਰ ਧਾਰਿਆ। ਹੁਣ ਹੰਕਾਰ ਮਨੁੱਖ ਨੂੰ, ਛੋਟੇ ਮਨੁੱਖ ਨੂੰ ਵੀ ਹੋ ਸਕਦਾ ਹੈ, ਕਿਸੇ ਵੱਡੇ ਮਨੁੱਖ ਨੂੰ ਵੀ ਹੋ ਸਕਦਾ ਹੈ, ਗਰੀਬ ਨੂੰ ਵੀ ਹੋ ਸਕਦਾ ਹੈ, ਅਮੀਰ ਨੂੰ ਵੀ ਹੋ ਸਕਦਾ ਹੈ। ਵੱਡੇ ਤੋਂ ਵੱਡੇ, ਛੋਟੇ ਤੋਂ ਛੋਟੇ ਇਸ ਹੰਕਾਰ ਦੇ ਵਿੱਚ ਰੱਖੇ ਹੋਏ। ਇਹਦਾ ਹਿਰਦਾ ਜਿਹੜਾ ਹੈ ਉਹ ਹੰਕਾਰ ਦੇ ਵਿੱਚ, ਮੂਰਖ ਮਹਾਰਾਜ ਜੀ ਕਹਿੰਦੇ ਮੋੜ ਲੋ, ਮੋਰ ਹੈ ਮੂਰਖ ਕਿਉਂ ਤੋਂ ਇਸ ਦੇ ਵਿੱਚ ਰੱਖਦਾ, ਆਪਣੇ ਹੰਕਾਰ ਦੇ ਵਿੱਚ ਰੱਖਦਾ ਫਿਰਦਾ ਹੈ। ਵੱਡੇ ਵੱਡੇ ਜਿਹੜੇ ਲੋਕ ਨੇ ਉਹ ਵੀ ਆਪਣੇ ਹੰਕਾਰ ਦੇ ਵਿੱਚ ਰੱਖੇ ਰਹਿੰਦੇ ਨੇ। ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਗਰਭ ਗਹਿ ਲੜੋ, ਮੋੜ ਲੋ ਘਿਓ ਰੇ, ਕਿਉਂ ਆਪਣੇ ਹਿਰਦੇ ਦੇ ਵਿੱਚ ਇਹ ਵੱਡਾ ਹੰਕਾਰ ਨੇ ਫਿਰਦਾ ਹੈ। ਦਰਤਾਰ ਸੱਚੇ ਪਾਤਸ਼ਾਹ ਅੱਗੇ ਫਰਮਾਨ ਕਰਦੇ ਨੇ, ਹੀਓ ਮਹਾਰਾਜ ਦੀ ਮਾਇਓ, ਮਹਾਰਾਜ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਰੀ ਮਾਇਓ, ਜਿਹੜੀ ਪਰਮੇਸ਼ਵਰ ਨੇ, ਕਿਉਂਕਿ ਪਰਮੇਸ਼ਵਰ ਜਿੱਡਾ ਆਪ ਹੈ ਓਡੀਆਂ ਹੀ ਦਾਤਾਂ ਪਰਮੇਸ਼ਵਰ ਨੇ ਪੈਦਾ ਕੀਤੀ, ਉਤਨੀ ਹੀ ਮਾਇਆ ਦਾ ਪਸਾਰਾ ਪਰਮੇਸ਼ਵਰ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਪਵਿੱਤਰ ਬਾਣੀ ਦੇ ਅੰਦਰ ਫੁਰਮਾਨ ਆਉਂਦਾ ਹੈ ਕਿ ਜੀਵਨ ਆਪ ਤੇਵਡ ਤੇਰੀ ਦਾਤ, ਉਸ ਦੀ ਮਾਇਆ ਦਾ ਪਸਾਰਾ ਹੀ ਪਰਮੇਸ਼ਵਰ ਨੇ ਇਤਨਾ ਬਣਾਇਆ ਹੋਇਆ ਹੈ। ਉਸ ਪਰਮੇਸ਼ਵਰ ਦੀ ਮਾਇਆ ਦੇ ਵਿੱਚ ਇਹਦਾ ਹਿਰਦਾ ਰੱਤਿਆ, ਕਿਸ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ, ਡੇਹਿਰ ਨਿਆਈ ਮੋਹੇ ਫਾਕਿਓ ਰੇ, ਡੇਹਰ ਦੈਨ ਨੂੰ ਵੀ ਕਹਿੰਦੇ ਨੇ, ਡੇਹਰ ਨਿਆਈ ਜਿਸ ਤਰ੍ਹਾਂ ਮੱਛੀ ਜਿਹੜੀ ਹੈ ਉਹ ਕੁੰਡੀ ਦੇ ਵਿੱਚ ਫਸ ਜਾਂਦੀ ਹੈ, ਮੱਛੀ ਉਸ ਕੁੰਡੀ ਦੇ ਵਿੱਚ ਫਸ ਕੇ ਆਪਣੇ ਆਪ ਨੂੰ ਕਿਸੇ ਹੋਰ ਦੇ ਹਵਾਲੇ ਕਰ ਦਿੰਦੀ ਹੈ। ਇਸੇ ਤਰ੍ਹਾਂ ਇਹ ਮਨੁੱਖ ਜਿਹੜਾ ਹੈ ਉਹ ਮੋਹ ਦੇ ਵਿੱਚ ਫਸ ਕੇ, ਮੋਹ ਦੇ ਵਿੱਚ ਫਸਿਆ ਪਿਆ, ਜਿਸ ਤਰ੍ਹਾਂ ਮੱਛੀ ਕੁੰਡੀ ਦੇ ਵਿੱਚ ਫਸ ਕੇ ਆਪਣੇ ਆਪ ਨੂੰ ਖਤਮ ਕਰ ਲੈਂਦੀ ਹੈ, ਆਪਣੇ ਆਪ ਨੂੰ ਕਿਸੇ ਹੋਰ ਦੇ ਹਵਾਲੇ ਕਰ ਲੈਂਦੀ ਹੈ, ਇਸ ਤਰ੍ਹਾਂ ਜਿਹੜਾ ਜੀਵ ਹੈ ਇਹ ਮੋਹ ਮਾਇਆ ਦੇ ਚਿਕੜ ਦੇ ਵਿੱਚ ਬੜਾ ਗੁਲਤਾਨ ਪਿਆ। ਰਹਾਉ ਦਾਤਾਰ ਜੀ ਵਿਸਰਾਮ ਦੇ ਕੇ ਸਮਝਾਉਂਦੇ ਨੇ, ਕਨੋ 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 ਸਗ ਲੋੜੈ, ਬਿਨ ਲਹਿਨੇ ਕੈਠੈ ਪਾਇਓ ਰੇ, ਕਣੋ ਕਹਿ
ਸਿੰਘ ਨੇ ਬਹੁਤ ਜ਼ਿਆਦਾ ਸਦਾ ਸਦਾ ਹੀ ਜਿਹੜਾ ਲੋੜ ਹੈ ਲੋੜਦਾ ਹੈ। ਪਰ ਮਹਾਰਾਜ ਜੀ ਕਹਿੰਦੇ ਬਿਨ ਲਹਿਣਾ ਬਿਨ ਭਾਗਾ, ਜਾਣੀ ਬਿਨਾਂ ਭਾਗਾ ਤੋਂ ਕਿੱਥੇ ਕਿੱਥੋਂ, ਕਹਿੰਦੇ ਬਿਨਾਂ ਭਾਗਾ ਤੋਂ ਕਿੱਥੇ ਪਾਇਆ ਜਾ, ਮਨੁੱਖ ਤੇ ਲੋੜਦਾ ਹੈ। ਲਤਾਰ ਸੱਚੇ ਪਾਤਸ਼ਾਹ ਨੇ ਇੱਥੇ ਬਚਨ ਤਿੰਨ ਵਾਰੀ ਕਹੇ ਨੇ, ਘਣੋ 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 ਸਦ ਲੋੜ, ਘਣੋ ਜਾਣੀ ਵਿਦਵਾਨ ਸੱਜਣ। ਇਸ ਦੇ ਅਰਥ ਇਸ ਤਰ੍ਹਾਂ ਵੀ ਕਰਦੇ ਨੇ ਕਿ ਬਚਪਨ ਦੇ ਵਿੱਚ ਵੀ ਪਦਾਰਥਾਂ ਨੂੰ ਲੋੜਦਾ ਹੈ, ਜਵਾਨੀ ਦੇ ਵਿੱਚ ਵੀ ਪਦਾਰਥਾਂ ਨੂੰ ਲੋੜਦਾ ਹੈ ਤੇ ਬੁਢੇਪੇ ਦੇ ਵਿੱਚ ਵੀ ਪਦਾਰਥਾਂ ਨੂੰ ਲੋੜਦਾ ਹੈ। ਘਣੋ 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 ਸਦ ਲੋੜ, ਜਾਂ ਇਸ ਤਰ੍ਹਾਂ ਵੀ ਇਸ ਦੇ ਅਰਥ ਕਰਦੇ ਨੇ ਕਿ ਮਨੁੱਖ ਹੋਰ ਲੋਕਾਂ ਦੇ ਨਾਲ ਮਿਲ ਕੇ ਹੋਰ ਬਹੁਤਾ ਜਿਹੜਾ ਬੜੇ ਤਰ੍ਹਾਂ ਦੇ ਯਤਨ ਕਰਕੇ, ਪਹਿਲਾ ਘਣੋ ਬਹੁਤ ਲੋਕਾਂ ਦੇ ਨਾਲ ਮਿਲ ਕੇ, ਦੂਜਾ ਘਣੋ ਬਹੁਤ ਤਰ੍ਹਾਂ ਦੇ ਯਤਨ ਕਰਕੇ, ਫਿਰ ਘਣੋ ਕਹਿੰਦੇ ਉਹ ਘਣੋ ਕੋ ਬਹੁਤ ਸਾਰੇ ਪਦਾਰਥ ਮਨੁੱਖ ਜਿਹੜਾ ਲੋੜਦਾ ਹੈ, ਪਰ ਕਹਿੰਦੇ ਬਿਨਾਂ ਕਰਮਾਂ ਤੋਂ ਇਸ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਬਿਨ ਕਰਮਾਂ ਕਿਸ ਪਾਈਏ ਨਾ, ਲੋੜਦਾ ਹੈ ਕਿਉਂਕਿ ਸੋਧ ਹੈ, ਅੱਜ ਸਹਿਤ ਖੱਟੇ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਣਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ, ਖਪ ਖਪ ਮਰੈ ਬਿਨਾਂ ਸੰਦੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਨ। ਹੈ ਤੇ ਮਨੋਰਥ ਸੁਪਨ ਦੇ ਨਿਆਇ ਬਿਰਥੇ ਸਨ, ਪਰ ਇਸ ਦਾ ਪਦਾਰਥਵਾਦੀ ਯੁੱਗ ਦੇ ਅੰਦਰ ਇਸ ਦਾ ਹਿਰਦਾ ਇਸ ਤਰ੍ਹਾਂ ਗ੍ਰਸਿਆ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਨੇ ਬਿਨ ਲਹਿਣਾ ਪਰ ਬਿਨਾਂ ਭਾਗਾ ਤੋਂ ਕਿੱਥੋਂ ਕਹਿੰਦਾ ਇਹ ਪ੍ਰਾਪਤ ਕਰ ਲਵੇ। ਜਿਸ ਤਰ੍ਹਾਂ ਇੱਕ ਕਿਸੇ ਗਰੀਬ ਮਨੁੱਖ ਜਿਹੜੇ ਸਨ, ਘਰ ਦੇ ਵਿੱਚ ਇੱਕ ਆਪ ਸੀ, ਉਹਦੀ ਧਰਮ ਸੁਪਤਨੀ, ਇੱਕ ਉਹਦਾ ਪੁੱਤਰ ਸੀ। ਸ਼ਿਵ ਜੀ ਮਹਾਰਾਜ ਦੀ ਭਗਤੀ ਕਰਦੇ ਨੇ, ਕਰਦਿਆਂ ਕਰਦਿਆਂ ਵਰ ਪ੍ਰਾਪਤ ਹੋਇਆ। ਜਿਹੜੀ ਜੀਵ ਇਸਤਰੀ ਸੀ ਉਸਨੇ ਵਰ ਮੰਗਿਆ ਕਿ ਮੈਂ ਬੜੀ ਸੁੰਦਰ ਬਣ ਜਾਵਾਂ ਤੇ ਮੈਨੂੰ ਗਹਿਣੇ ਆਭੂਸ਼ਣ ਆਦਿ ਅਨੇਕ ਬਹੁਤ ਸਾਰੇ ਤਥਾ ਅਸਤੂ ਵਸਤ ਹੋਏ, ਉਸੇ ਤਰ੍ਹਾਂ ਹੋ ਗਿਆ। ਉਹ ਬੜੀ ਸੁੰਦਰ ਬਣ ਗਈ, ਬੜੇ ਸੁੰਦਰ ਗਹਿਣੇ ਜਿਹੜੇ ਉਸਨੂੰ ਪ੍ਰਾਪਤ ਹੋਏ। ਉਸ ਇਲਾਕੇ ਦਾ ਰਾਜਾ ਉਸ ਥਾਂ ਤੇ ਆਉਂਦਾ ਹੈ, ਵੇਖ ਕੇ ਸੁੰਦਰ ਇਸਤਰੀ ਕਹਿੰਦੇ ਇਹ ਤੇ ਮੇਰੇ ਘਰ ਮਨ ਚ ਹੋਣੀ ਚਾਹੀਦੀ ਹੈ, ਉਸ ਨੂੰ ਚੁੱਕ ਲੈ ਜਾਂਦਾ ਹੈ। ਹੁਣ ਪਛਤਾਉਂਦੇ ਨੇ, ਕਹਿੰਦੇ ਸਾਡੀ ਜਿਹੜੀ ਘਰ ਵਾਲੀ ਇਸਤਰੀ ਸੀ ਉਹ ਵੀ ਚਲੀ ਗਈ। ਹੁਣ ਫਿਰ ਦੂਜੇ ਜਿਹੜਾ ਪਤੀ ਸੀ ਉਸ ਨੇ ਫਿਰ ਵਰ ਮੰਗਿਆ, ਕਹਿੰਦੇ ਇਸ ਨੂੰ ਸੂਰੀ ਬਣਾ ਦੇ। ਤਥਾ ਅਸਤ ਉਹ ਸੂਰੀ ਬਣ ਗਈ। ਉਸ ਰਾਜੇ ਨੇ ਸੋਚਿਆ ਇਹ ਤੇ ਕੋਈ ਬਲਾ ਹੈ, ਉਸ ਨੇ ਛੱਡ ਦਿੱਤੀ। ਹੁਣ ਸੋਚਿਆ ਕਿ ਇਹ ਤੇ ਨਾ ਤੇ ਹੁਣ ਉੱਧਰ ਦੇ ਰਹੇ ਨਾ ਇੱਧਰ ਦੇ, ਤਾਂ ਫਿਰ ਜਿਹੜਾ ਤੀਜਾ ਪੁੱਤਰ ਨੇ ਉਹ ਵਰ ਮੰਗਿਆ, ਕਹਿੰਦੇ ਦਾਤਾ ਜੀ ਸਾਨੂੰ ਉਸੇ ਤਰ੍ਹਾਂ ਬਣਾ ਦਿਓ ਜਿਸ ਤਰ੍ਹਾਂ ਸਾਡਾ ਪਹਿਲਾਂ ਜੀ। ਉਹ ਉਸੇ ਤਰ੍ਹਾਂ ਹੋ ਗਏ। ਕਹਿਣ ਤੋਂ ਭਾਵ ਬਿਨਾਂ ਕਰਮਾਂ ਤੋਂ ਬਿਨਾਂ ਭਾਗਾਂ ਤੋਂ ਕੋਈ ਵੀ ਵਸਤ ਜਿਹੜੀ ਹੈ ਉਹ ਪ੍ਰਾਪਤ ਨਹੀਂ ਹੋ ਸਕਦੀ। ਬਿਸਕ ਤੋਂ ਜੇ ਇਹ ਬੜੇ ਲੱਛਣ ਬੜੇ ਯਤਨ ਕਰਦਾ ਹੈ, ਬੜੇ ਤਰੀਕੇ ਵਰਤਦਾ ਹੈ, ਬੜਾ ਸਮਾਂ ਦਿੰਦਾ ਇਸ ਪਾਸੇ ਵੱਲ, ਪਰ ਬਿਨਾਂ ਕਰਮਾਂ ਤੋਂ ਇਸ ਨੂੰ ਕੋਈ ਚੀਜ਼ ਜਿਹੜੀ ਹੈ ਉਹ ਪ੍ਰਾਪਤ ਨਹੀਂ ਹੋ ਸਕਦੀ। ਕਿਉਂਕਿ ਮਸਤਕ ਦੇ ਅੰਦਰ ਜੋ ਕੁਛ ਪਰਮੇਸ਼ਵਰ ਜੀ ਨੇ ਲਿਖਿਆ ਹੈ ਉਹੀ ਵਸਤੂ ਇਸ ਨੂੰ ਪ੍ਰਾਪਤ ਹੋਣੀ ਹੈ।
ਪਰ ਇਹ ਯਤਨ ਬੜੇ ਕਰਦਾ ਹੈ, ਪਰ ਬਿਨਾਂ ਕਰਮਾਂ ਤੋਂ ਇਸ ਨੂੰ ਕੁਝ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਰੋਗਾਥ ਬਾਹੂ ਸਿਉ ਲੁਭੜਿਓ, ਨਹਿ ਭਾਗੜੋ ਪਾਹੇ ਸੰਜੋਇਓ ਰੇ। ਇੱਕ ਵਾਰੀ ਪਿਆਰ ਸਾਹਿਬ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਤੁਹਾਡੇ ਨਾਲ ਮੇਰੀ ਵੀ ਹਾਜ਼ਰੀ ਲੱਗ ਜਾਵੇ, ਮਹਾਰਾਜ ਉਹ ਪਰਮੇਸ਼ਵਰ ਅਕਾਲ ਪੁਰਖ ਗਾਤ ਸਰੀਰ ਵਾਹੂ ਸਿਉ ਲੁਭੜਿਓ, ਉਸ ਦੇ ਵਿੱਚ ਹੀ ਜਿਹੜਾ ਉਸਦੇ ਲੋਭ ਦੇ ਵਿੱਚ ਹੀ ਰਹਿੰਦਾ ਹੁੰਦਾ। ਨਹਿ ਭਾਗੜੋ ਬਿਨਾਂ ਭਾਗਾਂ ਦਾ, ਭਾਹੇ ਤ੍ਰਿਸ਼ਨਾ ਦੀ ਅੱਗ, ਉਸ ਤ੍ਰਿਸ਼ਨਾ ਦੀ ਅੱਗ ਵਿੱਚ ਭਾਹੇ ਸੰਜੋਇਓ ਰੇ, ਉਸ ਦੇ ਵਿੱਚ ਹੀ ਫਸੇ ਜਾਂਦਾ ਹੈ। ਮਹਾਰਾਜ ਰੋਗਾਤ ਵਾਹੂ ਸਿਉ ਲੁਭੜਿਓ, ਸਰੀਰ ਤੇ ਪਰਮੇਸ਼ਵਰ ਨੇ ਦਿੱਤਾ। ਕਈ ਵਾਰੀ ਇਹ ਸਰੀਰ ਦਾ ਵੀ ਹੰਕਾਰ ਮਨੋਂ ਕਰ ਦਿੰਦਾ ਹੈ। ਹੰਕਾਰ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ, ਹੰਕਾਰ ਗਿਆਨ ਦਾ ਵੀ ਹੋ ਸਕਦਾ ਹੈ। ਪਰ ਜਿਸ ਤਰ੍ਹਾਂ ਸਿਆਣੇ ਸੱਜਣ ਕਹਿੰਦੇ ਨੇ, ਜਿਸ ਤਰ੍ਹਾਂ ਕੋਈ ਖੇਤੀ ਜਿਹੜੀ ਹੈ ਉਹ ਜ਼ਿਆਦਾ ਧੁੱਪ ਪੈਣ ਦੇ ਨਾਲ, ਜ਼ਿਆਦਾ ਗਰਮੀ ਪੈਣ ਦੇ ਨਾਲ ਕੁਮਲਾ ਜਾਂਦੀ ਹੈ, ਹੋ ਸਕਦਾ ਹੈ ਮੀਂਹ ਪੈਣ ਦੇ ਨਾਲ ਉਹ ਹਰੀ ਭਰੀ ਹੋ ਜਾਵੇ, ਪਰ ਜੇ ਹੜ੍ਹ ਆ ਜਾਵੇ ਤਾਂ ਉਹ ਫਸਲ ਫਿਰ ਸੁੱਕ ਜਾਂਦੇ, ਫਿਰ ਉਹ ਫਸਲ ਹਰੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜੇ ਕਿਸੇ ਨੂੰ ਗਿਆਨ ਦਾ ਹੰਕਾਰ ਹੋ ਜਾਵੇ ਤਾਂ ਫਿਰ ਉਹ ਗਿਆਨ ਦਾ ਹੰਕਾਰ ਵੀ ਇਸ ਨੂੰ ਮਾਰ ਦਿੰਦਾ, ਡਬੋ ਦਿੰਦਾ, ਫਿਰ ਨਹੀਂ ਹਰਾ ਭਰਾ ਹੁੰਦਾ। ਤੋ ਇਸ ਸਰੀਰ ਦੇ ਵਿੱਚ ਹੀ ਜਿਹੜਾ ਲੁਭਿਆ ਹੋਇਆ ਹੈ ਬਿਨਾਂ ਭਾਗਾਂ ਦੇ ਤੋਂ, ਇਹ ਜਿਹੜਾ ਮਨੁੱਖ ਹੈ ਉਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਪਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਵਿਰਲੇ ਕੀ ਹੀ ਬੁੱਝੀ, ਵਿਰਲੇ ਮਨੁੱਖ ਦੀ ਤ੍ਰਿਸ਼ਨਾ ਜਿੱਤੇ ਪਰਮੇਸ਼ਵਰ ਦੀ ਦਇਆ ਮਾਇਆ ਹੋ ਜਾਵੇ, ਜਿਹਦੇ ਰਹਿਤ ਹੋ ਜਾਏ, ਪਤਾ ਹੈ ਇਹ ਸਾਰੇ ਪਦਾਰਥ ਜਿਹੜੇ ਨੇ ਉਹ ਛੱਡ ਜਾਣੇ ਨੇ, ਮਾਇਕ ਪਦਾਰਥਾਂ ਦਾ ਮਾਲਕ ਹੋਰ ਬਣ ਜਾਂਦਾ ਹੈ। ਜਿਸ ਤਰ੍ਹਾਂ ਪਵਿੱਤਰ ਬਾਣੀ ਦੇ ਅੰਦਰ ਬਚਨ ਆਉਂਦੇ ਨੇ, ਖਸਮ ਮਰੈ ਤੇ ਨਾਰ ਨਾ ਰੋਵੇ, ਉਸ ਰਖਵਾਰਾ ਔਰ ਹੋਵੇ। ਜਾਂ ਇਨਸਾਨ ਜਦੋਂ ਮਰਿਆ ਤਾਂ ਮਾਇਆ ਤੇ ਨਹੀਂ ਰੋਂਦੀ, ਮਾਇਆ ਤੇ ਰੋਂਦੀ ਨਹੀਂ, ਤੇ ਉਸ ਮਾਇਆ ਦਾ ਜਿਹੜਾ ਰਾਖਾ ਹੈ ਉਹਦਾ ਮਾਲਕ ਜਿਹੜਾ ਕੋਈ ਹੋਰ ਬਣ ਜਾਂਦਾ ਹੈ। ਪਰ ਇਹ ਮਨੁੱਖ ਨੂੰ ਪਤਾ ਸਭ ਕੁਝ ਹੈ, ਜਾਣ ਬੁੱਝ ਕੇ ਮਨ ਜਾਣ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕਿ ਕੁਸਲਾਤ ਹਾਥ ਦੀਪ ਕੋਏ ਪਰੈ। ਪਤਾ ਹੈ ਹੱਥ ਦੇ ਵਿੱਚ ਦੀਵਾ ਲੈ ਕੇ ਫਿਰਦਾ ਹੈ, ਗਿਆਨ ਵੀ ਹੈ ਪਤਾ ਵੀ ਹੈ, ਹੱਥ ਦੇ ਵਿੱਚ ਦੀਵਾ ਵੀ ਹੈ, ਫਿਰ ਵੀ ਉਸ ਖੂਹ ਦੇ ਵਿੱਚ ਡੁੱਬਦਾ, ਪਤਾ ਸਭ ਕੁਝ ਹੈ। ਦਤਾਰ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ, ਮਹਾਰਾਜ ਰੋਗਾਥ ਵਾਹੂ ਸਰੂਪ ਨੇ ਭਾਗੜੋ ਭਾਹੇ ਸਮਝੋ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਇਹ ਸੜੀ ਜਾਂਦਾ, ਉਸ ਨੂੰ ਹੋਰ ਜਿਸ ਤਰ੍ਹਾਂ ਲੱਕੜਾਂ ਅਨੇਕ ਇਕੱਠੀ ਕਰਦਾ, ਉਸਦੇ ਵਾਸਤੇ ਇੱਕ ਰੰਚਕ ਮਾਤਰ ਅਗਣ ਦੀ ਲੋੜ ਹੈ, ਥੋੜ੍ਹੀ ਸਾਰੀਆਂ ਲੱਕੜਾਂ ਨੂੰ ਸਾੜ ਕੇ ਜਿਹੜੀ ਸਵਾਹ ਕਰ ਦਿੰਦੀ ਹੈ, ਇਸ ਤਰ੍ਹਾਂ ਇਸਦੀ ਤ੍ਰਿਸ਼ਨਾ ਹੋਰ ਅਗਾਂਹ
ਹੋਰ ਅਗਾਂਹ ਨੂੰ ਵੱਧਦੀ ਜਾਂਦੀ ਹੈ। ਨਾ ਬਚਪਨ ਦੇ ਵਿੱਚ ਟਿਕੀ, ਨਾ ਜਵਾਨੀ ਦੇ ਵਿੱਚ ਕਾਬੂ ਪਾਈ, ਨਾ ਬੁਢੇਪੇ ਦੇ ਵਿੱਚ ਕਾਬੂ ਪਾਈ। ਇਹ ਤ੍ਰਿਸ਼ਨਾ ਫਿਰ ਅੱਗੇ ਤੋਂ ਅੱਗੇ ਵੱਧਦੀ 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 ਕਰਦੀ। ਆਖਰੀ ਤੁਕਾਂ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫੁਰਮਾਨ ਪਏ ਕਰਦੇ ਨੇ ਕਿ ਸਿੱਖਿਆ ਸਾਨੂੰ ਬਖਸ਼ ਕਰ ਰਹੇ ਨੇ। ਪਾਤਸ਼ਾਹ ਕਹਿੰਦੇ ਨੇ, ਸੁਨ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਚਤ ਮਿਟਿਓ ਰੇ। ਐ ਮੇਰੇ ਮਨਾ ਕਹਿੰਦੇ ਸੁਣ, ਕੀ ਸੁਣ? ਸੀਖ ਸਿੱਖਿਆ ਸੁਣ। ਕਿਹਦੀ ਸਿੱਖਿਆ ਸੁਣ? ਸਾਧੂ ਜਨ ਸਗਲੋ, ਜੋ ਸਾਧੂ ਜਨ, ਜੋ ਸਤ ਸੰਗਤ, ਜੋ ਪਰਮੇਸ਼ਵਰ ਦੇ ਨਾਲ ਮਿਲੇ ਹੋਏ ਜਨ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜਨ ਦੀ ਪਰਿਭਾਸ਼ਾ ਸਮਝਾਉਂਦੇ ਨੇ ਪਵਿੱਤਰ ਬਾਣੀ ਦੇ ਅੰਦਰ। ਧੰਨ ਗੁਰੂ ਗੋਬਿੰਦ ਸਿੰਘ ਪਵਿੱਤਰ ਬਚਨਾਂ ਦੇ ਅੰਦਰ ਲਿਖਦੇ ਨੇ, ਕਹਿੰਦੇ ਹਰ ਹਰ ਜਨ ਤੂੰ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਵਿਖੇ ਸਮਾਏ। ਕਹਿੰਦੇ ਹਰੀ ਪਰਮੇਸ਼ਵਰ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਅਤੇ ਉਸ ਦਾ ਜਨ ਕਿਹੋ ਜਿਹਾ ਹੋਣਾ ਚਾਹੀਦਾ? ਕਹਿੰਦੇ ਹਰ ਹਰ ਜਨ ਹਰੀ ਦਾ, ਹਰੀ ਤੇ ਪਰਮੇਸ਼ਵਰ ਦਾ ਜਨ ਦੋਈ ਏਕ ਹੈ, ਦੋਨੋਂ ਇੱਕ ਹੀ ਹੋ ਜਾਣ, ਉਹਨਾਂ ਦੇ ਵਿੱਚ ਕੋਈ ਫਰਕ ਨਾ ਹੋਵੇ, ਕੋਈ ਭੇਦ ਭਾਵ ਨਾ ਹੋਵੇ, ਤੇ ਉਹ ਇਸ ਤਰ੍ਹਾਂ ਹੋ ਜਾਣ ਜਿਸ ਤਰ੍ਹਾਂ ਪਾਣੀ ਦੇ ਵਿੱਚੋਂ ਕੋਈ ਪਾਣੀ ਕੱਢ ਕੇ ਫਿਰ ਪਾਣੀ ਦੇ ਵਿੱਚ ਮਿਲਾ ਦੇਵੇ, ਤਾਂ ਫਿਰ ਉਸ ਵਿੱਚ ਆਪਣੇ ਪਾਣੀ ਨੂੰ ਪਾਣੀ ਦੀ ਪਹਿਚਾਣ ਨਾ ਕਰ ਸਕੇ ਕਿ ਮੇਰਾ ਪਾਣੀ ਕਿਹੜਾ ਹੈ। ਇਸ ਤਰ੍ਹਾਂ ਉਸ ਦਾ ਜਨ ਹੈ। ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਨੇ ਕਿ ਤੂੰ ਉਹਨਾਂ ਦੀ ਸਿੱਖਿਆ ਲੈ ਕੇ ਜਦੋਂ ਚੱਲੇਗਾ, ਇਹ ਮੇਰੇ ਮਨਾ, ਤੂੰ ਉਸ ਸਾਧੂ ਜਨਾਂ ਦੀ, ਉਸ ਪਰਮੇਸ਼ਵਰ ਦੇ ਪਿਆਰਿਆਂ ਦੀ ਜਿਹੜੇ ਮਿਲੇ ਹੋਏ ਨੇ, ਉਹਨਾਂ ਸਾਰਿਆਂ ਦੀ ਜਦੋਂ ਤੂੰ ਸਿੱਖਿਆ ਸੁਣੇਗਾ, ਫਿਰ ਕੀ ਹੋਏਗਾ? ਥਾਰੇ ਸਗਲੇ ਪਰਾਛਤ ਮਿਟਿਓ ਰੇ, ਥਾਰੇ ਤੁਹਾਡੇ ਸਗਲੇ ਸਾਰੇ ਪਰਾਛਤ ਪਾਪ ਮਿਟਿਓ ਮਿਟ ਜਾਣਗੇ। ਪਾਤਸ਼ਾਹ ਕਹਿੰਦੇ ਨੇ ਫਿਰ ਤੇਰੇ ਜਿਹੜੇ ਸਾਰੇ ਕੀਤੇ ਹੋਏ ਪਾਪ ਨੇ ਉਹ ਮਿਟ ਸਕਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਪਰ ਇਹ ਸਰਤ ਮਹਾਰਾਜ ਜੀ ਨੇ ਲਾਈ ਕਿ ਸੱਜਣਾ ਇਹ ਮੇਰੇ ਮਨ ਮਨ ਕਰਕੇ ਵੈਸੇ ਸਿੱਖਿਆ ਨਹੀਂ, ਬੋਲਣ ਨਾਲ ਨਹੀਂ, ਸੁਣਨ ਨਾਲ ਨਹੀਂ, ਉੱਥੇ ਮੰਨਣ ਨਾਲ ਹੁੰਦੀ ਹੈ। ਜਦੋਂ ਸਿੱਖਿਆ ਮੰਨ ਲਏ, ਤਾਂ ਫਿਰ ਜੇ ਸਿੱਖਿਆ ਮੰਨੇ, ਫਿਰ ਉਸ ਪਰਮੇਸ਼ਵਰ ਦੇ ਪਿਆਰਿਆਂ ਦੀ ਸਿੱਖਿਆ ਮੰਨ ਲਈ, ਆਪਣੇ ਇਸ ਮਨ ਨੇ ਮੰਨ ਲਈ, ਮਨ ਮੰਨਿਆ ਤੋਂ ਹੋਰ ਜਾਂਦੇ, ਜੇ ਮੰਨਿਆ ਮੰਨਿਆ ਤਾਂ ਪਰਮੇਸ਼ਵਰ ਮਿਲਿਆ, ਫਿਰ ਇਹਦੇ ਸਾਰੇ ਜਿਹੜੇ ਪਾਪ ਨੇ ਉਹ ਨਸ਼ਟ ਹੋ ਜਾਣਗੇ, ਖਤਮ ਹੋ ਜਾਣਗੇ, ਮਿਟ ਜਾਣਗੇ। ਆਖਰੀ ਤੁਕ ਦੇ ਅੰਦਰ ਗੁਰਦੇਵ ਜੀ ਪ੍ਰਮਾਣ ਪਏ ਕਰਦੇ ਨੇ, ਜਾ ਕੋ ਲੈਣੋ ਮਹਾਰਾਜ ਦੀ ਗਾਠੜਿਓ, ਜਨ ਨਾਨਕ ਗਰਬਾਸ ਨਾ ਪੌੜਿਓ ਰੇ। ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਕਹਿਣ ਦੇ ਨਾਲ ਜਿੱਥੇ ਆਪਣੇ ਮਨ ਦੀ ਜਿਹੜਾ ਸੁਭਾਅ ਹੈ ਇਹ ਤੁਰ ਖਿੜ ਜਾਂਦਾ ਹੈ, ਭੱਜ ਜਾਂਦਾ ਹੈ, ਫਿਰ ਇਸ ਮਨ ਨੂੰ ਪਤਾ ਲੱਗ ਜਾਂਦਾ ਹੈ ਕਿ ਮਨਾ ਤੂੰ ਬੈਠਾ ਕਿੱਥੇ, ਮਨ ਟਿਕਾ ਦੇ ਵਿੱਚ ਆ ਜਾਂਦਾ।
ਤੇ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਕੀ ਫਰਮਾਨ ਕਰਦੇ ਨੇ, ਜਾ ਕੋ ਲੈ ਲਓ ਮਹਾਰਾਜ ਦੀ ਗਾਠੜੀ, ਗਾਠੜੀ ਗਾਠੜੀ ਮਹਾਰਾਜ ਪਰਮੇਸ਼ਵਰ ਦੀ। ਉਸ ਨੇ ਆਪਣੇ ਜਾਣੀ ਖਜ਼ਾਨੇ ਤੋਂ ਜਿਸਦੇ ਜਿਸ ਨੂੰ ਕੋਈ ਵਸਤੂ ਦੇਣੀ ਹੋਵੇ ਉਸਦੇ ਭਾਗ ਵੀ ਮਹਾਰਾਜ ਸੱਚੇ ਪਾਤਸ਼ਾਹ ਸਿੱਧੇ ਕਰਦੇ, ਉਹਦੇ ਮੱਥੇ ਦੇ ਭਾਗ ਸੁੰਦਰ ਬਣਾ ਦਿੰਦੇ ਨੇ ਪਰਮੇਸ਼ਵਰ, ਉਸ ਨੂੰ ਵਸਤੂ ਬਖਸ਼ ਦਿੰਦੇ ਨੇ। ਜੇ ਉਸ ਪਰਮੇਸ਼ਵਰ ਜੀ ਨੇ ਆਪਣੇ ਖਜ਼ਾਨੇ ਦੇ ਵਿੱਚੋਂ ਕੋਈ ਵਸਤੂ ਦਿੱਤੀ ਤਾਂ ਪਰਮੇਸ਼ਵਰ ਸੱਚੇ ਪਾਤਸ਼ਾਹ ਨੇ ਜਿਹੜੀ ਵਸਤੂ ਇਸ ਨੂੰ ਦਿੱਤੀ, ਇਸ ਨੇ ਸਿੱਖਿਆ ਧਾਰਨ ਕੀਤੀ, ਪਰਮੇਸ਼ਵਰ ਜੀ ਨੂੰ ਮੰਨਿਆ, ਪਰਮੇਸ਼ਵਰ ਦੇ ਚਰਨਾਂ ਦੀ ਪੂਜਾ ਕੀਤੀ, ਪਰਮੇਸ਼ਵਰ ਦਾ ਸਿਮਰਨ ਕੀਤਾ, ਪਰਮੇਸ਼ਵਰ ਜੀ ਨੂੰ ਯਾਦ ਕੀਤਾ, ਉਸਦੇ ਨਾਮ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਵਸਾਇਆ, ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਣ ਜਿਹੜੇ ਨੇ ਜਨ ਨਾਨਕ ਗਰਭਾਸ ਨਾ ਪਾਉਂਦੇ। ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਉਹ ਸੱਜਣ ਜਿਹੜੇ ਫਿਰ ਨੇ ਜਿਹਨਾਂ ਨੂੰ ਆਪਣੇ ਖਜ਼ਾਨੇ ਦੇ ਵਿੱਚੋਂ ਪਰਮੇਸ਼ਵਰ ਨੇ ਕੋਈ ਵਰਤੋਂ ਵਰਤ ਦਿੱਤੀ, ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ, ਫਿਰ ਉਹ ਗਰਭ ਜੋਨੀ ਦੇ ਵਿੱਚ ਨਹੀਂ ਪੈਂਦੇ। ਜਿਸ ਤਰ੍ਹਾਂ ਪਵਿੱਤਰ ਬਾਣੀ ਦੇ ਵਿੱਚ ਬਚਨ ਆਉਂਦੇ ਨੇ, ਬਹੁਰ ਹਮ ਕਾਹੇ ਆਵਾਂਗੇ, ਅਸੀਂ ਬਾਹਰ ਕਿਉਂ ਆਓ, ਫਿਰ ਕਿਉਂ ਆਵਾਂਗੇ ਅਸੀਂ, ਕਿਉਂਕਿ ਪਰਮੇਸ਼ਵਰ ਕਬੀਰ ਜੀ ਦੇ ਬਚਨ ਤਾਂ ਪਰਮੇਸ਼ਵਰ ਜੀ ਨੇ ਵਰਤੋਂ ਦਿੱਤੀ। ਫਿਰ ਇਹ ਜਿਹੜਾ ਹੈ, ਇਹ ਜਿਹੜੇ 84 ਲੱਖ ਜੋਨ ਪਰਮੇਸ਼ਵਰ ਜੀ ਨੇ ਬਣਾਈ ਹੈ, ਇਸ ਮਨੁੱਖ ਨੂੰ ਉਸ ਦਾ ਸਰਦਾਰ ਵੀ ਬਣਾਇਆ। ਮਹਾਰਾਜ ਕਹਿੰਦੇ 84 ਲੱਖ ਜੋਨ ਉਪਾਏ ਮਾਨਸ ਕੋ ਪ੍ਰਭਦੀ ਵਡਿਆਈ, ਇਸ ਪੌੜੀ ਤੇ ਜੋ ਨਾ ਚੁੱਕੈ ਆਏ ਜਾਏ ਦੁੱਖ ਪਾਏ। ਬਸ ਜਿਸ ਪਰਮੇਸ਼ਵਰ ਸੱਚੇ ਪਾਤਸ਼ਾਹ ਜੀ ਨੇ ਇਹ ਮਨੁੱਖਾ ਸਰੀਰ ਦਿੱਤਾ, ਉਸ ਪਰਮੇਸ਼ਵਰ ਜੀ ਨੂੰ ਮਿਲਣ ਵਾਸਤੇ ਦਾਤਾਰ ਸੱਚੇ ਪਾਤਸ਼ਾਹ ਕਹਿੰਦੇ ਨੇ, ਭਈ ਪ੍ਰਾਪਤ ਮਾਨੁੱਖ ਦੇ ਗੁਰੀਆ ਗੋਬਿੰਦ ਮਿਲ ਕੀ ਇਹ ਤੇਰੀ ਬਈ, ਅਵਰ ਕਾਤਰ ਕਿਤੇ ਨਾ ਕਾ ਮਿਲ ਸਾਧ ਸੰਗਤ ਪਜ ਕੇਵਲ। ਇੱਕੋ ਨਾਮ ਪਰਮੇਸ਼ਵਰ ਸੱਚੇ ਪਾਤਸ਼ਾਹ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਲੈ ਜਾਵੇ, ਬਸ ਉਸ ਪਰਮੇਸ਼ਵਰ ਦੇ ਖਜ਼ਾਨੇ 'ਚ ਇਹ ਵਸਤੂ ਜਦੋਂ ਤੋਂ ਸਾਂਭ ਕੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਵਸਾਵੇਗਾ, ਆਪਣੇ ਹਿਰਦੇ ਵਿੱਚ ਜਪੇਗਾ, ਉਸ ਨੂੰ ਯਾਦ ਕਰੇਗਾ, ਫਿਰ ਜਿਹੜਾ ਹੈ ਗਰਭ ਜੋਨੀ ਦੇ ਵਿੱਚ ਉਹ ਮਨੁੱਖ ਨਹੀਂ ਪੈਂਦੇ। ਦਰਤਾਰ ਸੱਚੇ ਪਾਤਸ਼ਾਹ ਆਪਣੇ ਪਵਿੱਤਰ ਬਾਣੀ ਦੇ ਅੰਦਰ, ਕਿਉਂਕਿ ਪਰਮੇਸ਼ਵਰ ਸੱਚੇ ਪਾਤਸ਼ਾਹ ਦੀ ਅਗੰਮੀ ਬਾਣੀ ਹੈ, ਬੁੱਧੀ ਤੁੱਛ ਮਾਤਰ ਸੱਚੇ ਪਾਤਸ਼ਾਹ ਦੀ, ਤੁੱਛ ਮਹਾਰਾਜ ਸੱਚੇ ਪਾਤਸ਼ਾਹ ਤੁੱਛ ਬੁੱਧੀ ਦੇ ਮੁਤਾਬਕ ਉਸ ਅਗੰਮੀ ਬਾਣੀ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਅਵਸਥਾ 4 ਹੈ, ਅਸੀਂ ਸੰਸਾਰਕ ਅਲਪਗ ਜੀਵ ਹਾਂ, 3 ਵਿਆਪਿਆ ਜਗਤ ਕੋ ਤੁਰਿਆ ਪਾਵੈ ਕੋਏ, 3 ਵਿੱਚ ਸੰਸਾਰ ਵਿਚਰਦਾ ਹੈ। ਐਸੀ ਅਗੰਮੀ ਬਾਣੀ ਦੇ ਜੋ ਅਰਥ ਬੋਧ ਵੀ ਨੇ ਉਹ ਵੀ ਕਰਦਿਆਂ, ਕਿਉਂਕਿ ਜਿਹਵਾ ਏਕ ਕਵਣ ਗੁਣ ਕਹੀਏ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨੇ ਲਈ ਹੈ, ਇੱਕ ਜਿਹਬਾ ਦੇ ਨਾਲ ਪਰਮੇਸ਼ਵਰ ਜੀ ਤੁਹਾਡੇ ਕਿਹਨਾਂ ਕਿਹਨਾਂ ਗੁਣਾਂ ਦਾ ਵਰਣਨ ਕੀਤਾ ਜਾ ਸਕਦਾ। ਪਾਤਸ਼ਾਹ ਇਹ ਵੀ ਕਹਿੰਦੇ ਨੇ, ਇੱਕ ਦੂਜੇ ਪੋ ਲੱਖ ਹੋਵੇ ਲੱਖ ਹੋਵੇ ਲੱਖ ਵੀ ਲੱਖ ਲੱਖ ਗੇੜਾ ਆਖੇ ਏਕ ਨਾਮ ਦਿੰਦੀ, ਫਿਰ ਵੀ ਉਸ ਪਰਮੇਸ਼ਵਰ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਨੂੰ ਪਵਿੱਤਰ ਬਾਣੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਆਰੰਭ ਦੇ ਅੰਦਰ ਗੁਰੂ ਨਾਨਕ ਸਾਹਿਬ ਫੁਰਮਾਨ ਕਰਦੇ ਨੇ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਕਹਿਣ ਤੋਂ ਭਾਵ ਇਸ ਪਰਮੇਸ਼ਵਰ ਸੱਚੇ ਪਾਤਸ਼ਾਹ ਜੀ ਨੂੰ ਪਹਿਲਾਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਕਰੋੜਾਂ ਲੋਕ ਐਸੇ ਨੇ ਉਸ ਦੀ ਸਿਫਤਾਂ ਕਰਦੇ ਰਹੇ, ਕਰੋੜਾਂ ਲੋਕ ਹੁਣ ਵੀ ਕਰ ਰਹੇ ਨੇ,
ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਣ, ਤਿੰਨਾਂ ਕਾਲਾਂ ਦੇ ਵਿੱਚ ਮਹਾਰਾਜ ਕਹਿੰਦੇ। ਫਿਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਉਸ ਦੇ ਪਾਸੇ ਤੋੜ ਫੋੜ ਦਾ ਅੰਤ ਨਹੀਂ ਪਾਇਆ। ਪਵਿੱਤਰ ਬਾਣੀ ਦੇ ਬਦਲੇ ਅੰਤ ਨਾ ਸਿੱਧੀ ਕਹਿਣ, ਪਰਮੇਸ਼ਵਰ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਅਗਾਹ ਬੋਧ ਕਹਿਣ ਕਥਨ ਤੋਂ ਬਹਾਰ ਹੈ, ਬੇਅੰਤ 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 ਹੀ ਹੈ। ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਬਚਨਾਂ ਦੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣਹਾਰ ਨੇ ਪਵਿੱਤਰ ਬਚਨ ਵੀ ਆਪਾਂ ਪੜ੍ਹਦੇ ਹਾਂ। ਮਹਾਰਾਜ ਜੀ ਕਹਿੰਦੇ ਨੇ ਸਦ ਬਖਸ਼ਿੰਦ, ਸਦਾ ਮਿਹਰਬਾਨਾ, ਸਦਾ ਹੀ ਬਖਸ਼ਣ ਵਾਲ, ਸਦਾ ਹੀ ਬਖਸ਼ਣਹਾਰ ਹੈ ਮਹਾਰਾਜ, ਸਦਾ ਹੀ ਮਿਹਰਬਾਨ ਨੇ ਮਹਾਰਾਜ। ਸਤ ਬਖਸ਼ਿੰਦ, ਸਦਾ ਮਿਹਰਬਾਨਾ, ਸਭਨਾ ਦੇ ਆਧਾਰ, ਆਧਾਰ ਵੀ ਪਰਮੇਸ਼ਵਰ ਹੀ ਸਭਨਾ। ਨਾਨਕ ਦਾਸ ਸੰਤ ਪਾਤਸ਼ਾਹ ਭਰੇ ਰੱਖ ਲਿਓ ਇਹ ਬਾਰੇ ਮਹਾਰਾਜ ਸੱਚੇ ਪਾਤਸ਼ਾਹ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ, ਬਸ ਰੱਖ ਲਿਓ ਸ਼ਰਨ ਪਰੇ, ਸਰਨ ਪਰੇ ਦੇ ਸੱਚੇ ਪਾਤਸ਼ਾਹ ਲੱਜਾ ਰੱਖ ਲਿਓ। ਦਤਾਰ ਜੀ ਰੱਖਦੇ ਵੀ ਗੁਰੂ ਕੀ ਸੰਗਤ ਭੁੱਲਾ ਚੁੱਕਾ ਬਖਸ਼ਣ ਯੋਗ ਹੈ ਜੀ। ਆਪਾਂ ਆਖਰੀ ਤੁਕਾਂ ਪੜ੍ਹ ਕੇ ਆਪਾਂ ਫਤਿਹ ਕੇ ਜਾਂਦੇ ਹਾਂ ਸਾਰੇ ਪਿਆਰ ਸਹਿ ਸਰਵਣ ਕਰੋ ਜੀ। ਸੁਣ ਮਨ ਸੇਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਚਕ ਮਿਟਿਓ ਰੇ, ਜਾ ਕੋ ਲਹਿਣੋ ਮਹਾਰਾਜ ਦੀ ਗਾਠੜਿਓ, ਜਨ ਨਾਨਕ ਦਰਬਾਸ ਨਾ ਪੌੜਿਓ ਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।